ਜਿਹੜੇ ਉਹ ਉਪਰਾਲੇ ਜਿਹੜੇ ਉਹਨਾਂ ਨੇ ਸ਼ੁਰੂ ਕੀਤੇ ਨੇ ਗੌਰਮੈਂਟ ਨੇ ਪੰਜਾਬ ਸਰਕਾਰ ਨੇ, ਪਰ ਹਾਲੇ ਉਹ ਗਰਾਊਂਡ ਲੈਵਲ 'ਤੇ ਜਿਹੜਾ ਉਹ ਨਹੀਂ ਪਹੁੰਚਿਆ ਹੈਗਾ ਲੋਕਾਂ ਤੱਕ। ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਕਿ ਉਹਨਾਂ ਲੋਕਾਂ ਤੱਕ ਪਹੁੰਚ ਕਰਕੇ ਜਿੰਨੀ ਕੁ ਮਦਦ ਹੋ ਸਕਦੀ ਅਸੀਂ ਉਹ ਕਰ ਰਹੇ ਹੈਗੇ ਹਾਂ। ਕੋਰੋਨਾ ਵਾਇਰਸ ਦੀ ਮਹਾਮਾਰੀ ਤੋਂ ਬਚਣ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ 'ਚ ਕਰਫਿਊ ਲਗਾਇਆ ਗਿਆ, ਜਿਸ ਵਿੱਚ ਗਰੀਬ ਦਿਹਾੜੀਦਾਰ ਮਜ਼ਦੂਰੀ ਕਰਨ ਵਾਲੇ ਪਰਿਵਾਰਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਦੇ ਮੱਦੇਨਜ਼ਰ ਹੁਣ ਪੰਜਾਬ ਸਰਕਾਰ ਅਤੇ ਵੱਖ ਵੱਖ ਸਮਾਜ ਸੇਵੀ ਅੱਗੇ ਆ ਰਹੇ ਹਨ। ਇਸ ਦੇ ਤਹਿਤ ਹੀ ਹਲਕਾ ਭਦੌੜ ਤੋਂ ਵਿਧਾਇਕ ਪਰਮਲ ਸਿੰਘ ਧੌਲਾ ਦੁਆਰਾ ਵੀ ਭਦੌੜ ਦੇ ਗਰੀਬ ਪਰਿਵਾਰਾਂ ਨੂੰ ਆ ਕੇ ਰਾਸ਼ਨ ਵੰਡਿਆ ਗਿਆ, ਜੋ ਕਿ ਸਵੇਰੇ ਕਮਾ ਕੇ ਸ਼ਾਮ ਨੂੰ ਖਾਣ ਵਾਲੇ ਪਰਿਵਾਰ ਸਨ। ਇਸ ਮੌਕੇ ਪਰਮਲ ਸਿੰਘ ਧੌਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਲਗਾਇਆ ਗਿਆ ਕਰਫਿਊ ਲੋਕ ਹਿੱਤਾਂ ਲਈ ਹੈ, ਇਸ ਵਿੱਚ ਲੋਕਾਂ ਦੀ ਹੀ ਭਲਾਈ ਹੈ, ਕਿਉਂਕਿ ਇਹ ਵਾਇਰਸ ਭੀੜ ਭਾੜ ਵਾਲੀਆਂ ਜਗ੍ਹਾ 'ਤੇ ਜ਼ਿਆਦਾ ਫੈਲਦਾ ਹੈ ਅਤੇ ਕਰਫਿਊ ਲਗਾਉਣ ਦਾ ਮਤਲਬ ਇਸ ਮਹਾਮਾਰੀ ਦੀ ਚੈਨ ਨੂੰ ਤੋੜਨਾ ਹੈ। ਪਰ ਇਸ ਕਰਫਿਊ ਦੌਰਾਨ ਕਈ ਗਰੀਬ ਪਰਿਵਾਰ ਮੁਸ਼ਕਿਲ ਵਿੱਚ ਹਨ, ਜੋ ਸਵੇਰੇ ਸ਼ਾਮ ਕਮਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਹਨ, ਅਤੇ ਜਦੋਂ ਸਾਨੂੰ ਅਜਿਹੇ ਕਈ ਲੋੜਵੰਦ ਪਰਿਵਾਰਾਂ ਦਾ ਪਤਾ ਲੱਗਿਆ ਤਾਂ ਮੈਂ ਉਹਨਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਆਇਆ ਹਾਂ। ਜੋ ਅੱਜ ਸਾਡੇ ਸਮਾਜ 'ਤੇ ਸਾਡੀ ਪੂਰੀ ਮਨੁੱਖਤਾ 'ਤੇ ਜੋ ਬਿਪਤਾ ਪਈ ਹੈ ਕੋਰੋਨਾ ਵਾਇਰਸ, ਉਹਦੇ ਨਾਲ ਕੀ ਹੈ ਕਿ ਜਿਹੜੇ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ ਸੀਗੇ ਉਹਨਾਂ ਨੂੰ ਰੋਟੀ ਪਾਣੀ ਦਾ ਜਿਹੜਾ ਬਹੁਤ ਮੁਸ਼ਕਿਲ ਹੋ ਗਿਆ। ਸੋ ਅਸੀਂ ਉਸ ਮੁਸ਼ਕਿਲ ਨੂੰ ਸਮਝਦੇ ਹੋਏ, ਹਾਲਾਂਕਿ ਗੌਰਮੈਂਟ ਵੀ ਆਪਦੇ ਵੱਲੋਂ ਜਿਹੜੇ ਉਪਰਾਲੇ ਜਿਹੜੇ ਉਹਨਾਂ ਨੇ ਸ਼ੁਰੂ ਕੀਤੇ ਨੇ ਗੌਰਮੈਂਟ ਨੇ ਪੰਜਾਬ ਸਰਕਾਰ ਨੇ, ਪਰ ਹਾਲੇ ਉਹ ਗਰਾਊਂਡ ਲੈਵਲ 'ਤੇ ਜਿਹੜਾ ਨਹੀਂ ਪਹੁੰਚਿਆ ਹੈਗਾ ਲੋਕਾਂ ਤੱਕ। ਸੋ ਇਮੀਡੀਏਟ ਜਿਹੜੇ ਲੋਕ ਸਵੇਰੇ ਕਮਾ ਕੇ ਸ਼ਾਮ ਨੂੰ ਖਾਣ ਵਾਲੇ ਸੀਗੇ ਉਹਨਾਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈਗਾ। ਸੋ ਸਮਾਜ ਸੇਵੀ ਸੰਸਥਾਵਾਂ ਔਰ ਸਾਡੇ ਵੱਲੋਂ ਮੇਰੇ ਵੱਲੋਂ ਆਪਦੇ ਕੋਲੋਂ ਵੀ ਜਿਹੜਾ ਹੈਗਾ ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਕਿ ਉਹਨਾਂ ਲੋਕਾਂ ਤੱਕ ਪਹੁੰਚ ਕਰਕੇ ਜਿੰਨੀ ਕੁ ਮਦਦ ਹੋ ਸਕਦੀ ਅਸੀਂ ਉਹ ਕਰ ਰਹੇ ਹੈਗੇ ਹਾਂ। ਸੋ ਇਸ ਤੋਂ ਪਹਿਲਾਂ ਮੈਂ ਜਿਹੜਾ ਹੈਗਾ ਰਾਮਗੜ੍ਹ, ਤਲਵੰਡੀ ਅਤੇ ਹੁਣ ਭਦੌੜ ਅਤੇ ਕੱਲ੍ਹ ਵੀ ਅਸੀਂ ਜਿਹੜਾ ਹੈਗਾ ਅਸੀਂ ਕਾਫੀ ਪਿੰਡਾਂ ਦੇ ਵਿੱਚ ਜਿਹੜਾ ਰਚਨਾ ਜਿਹੜਾ ਦਿੱਤਾ ਸੀਗਾ ਜਿਹੜੇ ਲੋੜਵੰਦ ਪਰਿਵਾਰ ਸੀ ਜਿਨ੍ਹਾਂ ਦੇ ਪੀਪੇ ਖਾਲੀ ਪਏ ਨੇਗੇ। ਸੋ ਸਰਕਾਰ ਨੂੰ ਵੀ ਇਹ ਮੇਰੀ ਅਪੀਲ ਹੈ ਕਿ ਵੀ ਤੁਰੰਤ ਜਿਹੜੇ ਇਹਨੂੰ ਤੇਜ਼ੀ ਦੇ ਨਾਲ ਕਰਕੇ, ਕਿਉਂਕਿ ਬਹੁਤ ਲੋਕ ਐਸੇ ਨੇ ਜਿਹੜੇ ਸੰਸਥਾਵਾਂ ਦੀ ਪਹੁੰਚ 'ਚ ਵੀ ਨਹੀਂ ਹੈਗੇ, ਸਾਡੀ ਪਹੁੰਚ ਵੀ ਨਹੀਂ ਹੈਗੇ ਅਤੇ ਮਤਲਬ ਗੌਰਮੈਂਟ ਦੀ ਪਹੁੰਚ ਵੀ ਨਹੀਂ ਹੈਗੇ। ਸੋ ਗੌਰਮੈਂਟ ਕੋਲ ਸੋਰਸ ਨੇ, ਗੌਰਮੈਂਟ ਕੋਲ ਫਾਈਨੈਂਸ਼ਲੀ ਸਾਰਾ ਅਰੇਂਜਮੈਂਟ ਹੈਗਾ ਗਾ, ਗੌਰਮੈਂਟ ਕਰ ਸਕਦੀ ਹੈ। ਸੋ ਗੌਰਮੈਂਟ ਨੂੰ ਚਾਹੀਦਾ ਕਿ ਹਰ ਉਸ ਘਰ ਤੱਕ, ਚਾਹੇ ਪਿੰਡ 'ਚ ਆ ਚਾਹੇ ਸ਼ਹਿਰ ਦੇ ਵਿੱਚ ਆ, ਉਹਦੇ ਤੱਕ ਪਹੁੰਚ ਕਰਨੀ ਚਾਹੀਦੀ ਹੈ ਤਾਂ ਕਿ ਕੋਈ ਰੋਟੀ ਤੋਂ ਕੋਈ ਮੁਹਤਾਜ ਨਾ ਰਹੇ, ਰੋਟੀ ਕਨੀਓ ਕੋਈ ਭੁੱਖਾ ਨਾ ਰਹੇ। ਸੋ ਇਹ ਕੈਪਟਨ ਅਮਰਿੰਦਰ ਸਿੰਘ ਔਰ ਪੰਜਾਬ ਸਰਕਾਰ ਨੂੰ ਬੇਨਤੀ ਆ ਸਰ, ਅਸੀਂ ਸਾਰੇ ਉਹਨਾਂ ਲੋਕਾਂ ਨੂੰ ਵੀ ਬੇਨਤੀ ਆ ਜਿਹੜੇ ਕੋਈ ਜਿੰਨਾ ਕੁ ਵੀ ਕੋਈ ਯੋਗਦਾਨ ਪਾ ਸਕਦੇ ਆਪਾਂ ਅਜਿਹੇ ਪਰਿਵਾਰਾਂ ਦੀ ਮਦਦ ਕਰੀਏ। ਮੇਰੀ ਉਹਨਾਂ ਨੂੰ ਵੀ ਅਪੀਲ ਆ ਜਿਹੜੇ ਕੁਝ ਲੋਕ ਸਰਦੇ ਵਰਦੇ ਹੋ ਕੇ ਵੀ ਗਲਤ ਮਤਲਬ ਫੋਨ ਕਰਦੇ, ਉਹਨਾਂ ਦੇ ਹਾਲਾਤ ਕੁਝ ਚੰਗੇ ਹੁੰਦੇ ਨੇ, ਮੇਰੀ ਉਹਨਾਂ ਨੂੰ ਬੇਨਤੀ ਆ ਕਿ ਵੀ ਆਪਾਂ ਲੋੜਵੰਦ ਜਿਹੜੇ ਪਰਿਵਾਰ ਨੇ ਕਿ ਜਿਨ੍ਹਾਂ ਨੂੰ ਅੱਜ ਲੋੜ ਆ ਗਈ, ਆਪਾਂ ਉਹਨਾਂ ਦੇ ਨਾਲ ਖੜੀਏ, ਉਹਨਾਂ ਦਾ ਸਹਿਯੋਗ ਦਈਏ। ਸਰ ਕਿੰਨੇ ਕੁ ਲੋਕਾਂ ਨੂੰ ਤੁਸੀਂ ਵੰਡ ਚੁੱਕੇ ਹੋ ਅਤੇ ਕਿੰਨਿਆਂ ਦਾ ਤੁਹਾਡੇ ਕੋਲ ਹਲੇ ਵੰਡਣ ਵਾਲਾ ਪਿਆ? ਮੈਂ 20 ਪਰਿਵਾਰ, ਕਿਉਂਕਿ ਮੈਂ ਅਸੀਂ ਕੱਲ੍ਹ ਹੀ ਸ਼ੁਰੂ ਕਰਿਆ ਹੈਗਾ, ਕਿਉਂਕਿ ਇੱਕਦਮ ਜਿਹੜਾ ਮਹਿਸੂਸ ਹੋਇਆ ਕਿ ਲੋਕਾਂ ਦੇ ਫੋਨ ਆਏ ਕਿ ਵੀ ਸਾਡੇ ਕੋਲ ਮਤਲਬ ਪ੍ਰਬੰਧ ਨਹੀਂ ਹੈਗਾ। ਸੋ ਕੱਲ੍ਹ ਵੀ ਅਸੀਂ 20 ਪਰਿਵਾਰਾਂ ਨੂੰ ਦਿੱਤਾ ਸੀ, ਸੋ ਅੱਜ ਅਸੀਂ 40 ਪਰਵਾਈਏ, ਪਰ ਸਾਡੇ ਵੱਲੋਂ ਕੋਸ਼ਿਸ਼ ਆ ਕਿ ਵੀ ਜਿੰਨਾ ਕੁ ਸਾਡੇ ਕੋਲ ਮਤਲਬ ਅਸੀਂ ਕਰ ਸਕਦੇ ਹਾਂ ਉਹ ਅਸੀਂ ਵੱਧ ਤੋਂ ਵੱਧ ਲੋਕਾਂ ਦਾ ਜਿਹੜਾ ਉਹ ਸਰ ਲੋਕਾਂ ਨੂੰ ਤੁਸੀਂ ਸਟੇਜ ਕਰ ਰਹੇ ਹੋ ਕੋਰੋਨਾ ਵਾਇਰਸ ਤੋਂ? ਬਿਲਕੁਲ, ਅਸੀਂ ਜਿੱਥੇ ਵੀ ਮਤਲਬ ਅਸੀਂ ਦੇਖਦੇ ਹਾਂ ਇਕੱਠ, ਉੱਥੇ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਵੀ ਇਕੱਠ ਨਾ ਕਰੋ, ਦੂਰੀਆਂ ਬਣਾ ਕੇ ਰੱਖੋ, ਮੂੰਹ ਢੱਕ ਕੇ ਰੱਖੋ, ਹੱਥ ਨੇ ਜਿਹੜੇ ਉਹ ਸੈਨੇਟਾਈਜ਼ ਕਰੋ, ਸਾਬਣ ਨਾਲ ਧੋਵੋ, ਤਾਂ ਕਿ ਇਸ ਨਾਮ ਮੁਰਾਦ ਜਿਹੜਾ ਇਹ ਵਾਇਰਸ ਹੈਗਾ ਜਿਹੜਾ ਮਿੰਟੋ ਮਿੰਟੀ ਇਹ ਗਾਹਾਂ ਦੀ ਗਾਹਾਂ ਸੈਂਕੜੇ ਲੋਕਾਂ 'ਚ ਪਹੁੰਚਦਾ, ਇਹਦੇ ਤੋਂ ਬਚਿਆ ਜਾ ਸਕੇ, ਤਾਂ ਹੀ ਅਸੀਂ ਜਿਹੜਾ ਇਸ ਕੋਰੋਨਾ ਵਾਇਰਸ ਨੂੰ ਅਸੀਂ ਮਾਤ ਦੇ ਸਕਦੇ ਹਾਂ ਜੇਕਰ ਅਸੀਂ ਸਾਰੀ ਪਬਲਿਕ, ਸਾਰੇ ਲੋਕ ਜਿਹੜਾ ਸਰਕਾਰ ਦਾ ਪ੍ਰਸ਼ਾਸਨ ਦਾ ਸਹਿਯੋਗ ਦੇਣਗੇ। ਥੈਂਕ ਯੂ ਸਰ। ਭਦੌੜ ਤੋਂ ਰਜਿੰਦਰ ਸਿੰਘ ਦੀ ਰਿਪੋਰਟ, ਲੋਕ ਰੰਗ, ਪੰਜਾਬੀ ਚੈਨਲ।